बिस्मिल्लाहिर्रहमानिर्रहीम। अस्सलाम वालेकुम। हाँ जी, मैं अंसारी साहब इटली तो। ते अज मैं तुम दसांगा कि स्पीड की आईडी है जिहड़ी वो किस तरह बनाई दी है। ठीक है, स्पीड की आईडी है जिहड़ी वो किस तरह बनानी है। अगर तुसी अपने पासवर्ड वगैरह भी भुल गए हो या फिर तुसी बनाई कोई नहीं है, भी अगर बनाई है तो वह पासवर्ड कोई नहीं याद है तुहानूं, ते वो मैं तुहानूं अज सारा दसांगा कि भाई तुसी अपनी स्पीड की आईडी है जिहड़ी वो किस तरह बनानी है। अगर पासवर्ड नहीं है तो किस तरह जिहड़ा ना तुहानूं पासवर्ड भी लभ सकदा वे, सारा कुछ जिहड़ा ना मुकम्मल प्रोसीजर मैं हुण तुहानूं वो दिखांगा। वो तुसीं अपनी जिहड़ी है ना स्पीड की आईडी बना लो, क्योंकि इस टाइम स्पीड की आईडी उत्ते ही सारे काम किए जा रहे हैं। ठीक है, अगे पोस्ट वालों को हुंदी सी, बाकी है करोना करके उन्होंने स्पीड दियां आईडियां जिन्हां जिन्हां दियां आए ने वह सारियां नूं दे दित्तियां ने, ताकि तुसीं अपने ही मोबाइलों के विच उन्हां नूं ऑन कर लो। अगर कोई दमांदा वगैरह आंदा तो वह तुसीं आपे उन्हों अपलाई कर लवो। ठीक है, तो आ जाओ मैं तुहानूं दसना वा कि आईडी स्पीड की आईडी किंज बनाई दी है। ठीक है, हाँ जी, सारे तो पहला गूगल उत्ते लिखना मैं इंप्स। ठीक है, अगर हो सके तो चैनल सबसक्राइब कर दियो, लाइक कर दियो। ठीक है, तो बैल आइकन भी बजा दियो। ठीक है, ताकि जिहड़ी भी वीडियो बने सारे तो पहला तुहानू पहुँचे। ठीक हो गया। अच्छा, सारे तो पहला लिखना मैं इंप्स, उस तो बाद सारे तो पहला जिहड़ा उत्ते लिया होम पेज उत्थे आ जियो। उस तो बाद यह पेज खुलेगा, ਇੱਥੇ ਆ ਕੇ ਤੁਸੀਂ ਲਿਖਣਾ ਹੈ ਇੰਤਰਾ ਮਾਈ ਇੰਪਸ 'ਤੇ ਜਾਣਾ। ਠੀਕ ਹੈ, ਸਾਰਿਆਂ ਤੋਂ ਅੱਗੇ ਕਲਿੱਕ ਕੀਤਾ ਹੈ ਅਤੇ ਇੱਥੇ ਕਲਿੱਕ ਕਰੋ ਅਤੇ ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਵੇਗਾ ਤੁਹਾਡੇ ਕੋਲ। ਹਾਂਜੀ, ਅਗਰ ਤੁਹਾਡੇ ਕੋਲ ਇੱਥੇ ਸਪੀਡ ਦੇ ਕੋਈ ਆਈ ਡੀ ਵਗੈਰਾ ਨਹੀਂ ਹੈ ਵੀ ਜਾਂ ਪਾਸਵਰਡ ਤੁਹਾਨੂੰ ਯਾਦ ਨਹੀਂ ਹੈ ਵੀ, ਤਾਂ ਤੁਸੀਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ, ਤੁਸੀਂ ਕੀ ਕਰਨਾ ਵੇ, ਜਾਣਾ ਸਿੱਧਾ ਸਪੀਡ ਜਿੱਥੇ ਲਿਖੇ ਆ ਵੇ ਦੂਸਰੇ ਨੰਬਰ 'ਤੇ ਪਿੰਨ ਦੇ ਅੱਗੇ ਜਿਹੜਾ ਸਪੀਡ ਲਿਖਿਆ ਉਹਦੇ 'ਤੇ ਕਲਿੱਕ ਕਰ ਦਿਓ। ਠੀਕ ਹੈ, ਉਹਦੇ 'ਤੇ ਕਲਿੱਕ ਕਰੋਗੇ ਅਤੇ ਇਹ ਚੀਜ਼ ਆਵੇਗੀ। ਠੀਕ ਹੋ ਗਿਆ, ਇੱਥੇ ਤੁਹਾਨੂੰ ਉਹ ਥੱਲੇ ਲਿਖੇ ਆ ਲੱਭੇਦਾ ਕਿ ਨੁਨਾਈ ਸਪੀਡ। ਠੀਕ ਹੈ, ਇਹਦੇ 'ਤੇ ਕਲਿੱਕ ਕਰੋਗੇ, ਉਸ ਤੋਂ ਬਾਅਦ ਅੱਗੇ ਇਹ ਪੇਜ ਖੁੱਲ੍ਹ ਜਾਵੇਗਾ। ਠੀਕ ਹੈ, ਇੱਥੇ ਆ ਕੇ, ਹਾਂਜੀ ਇੱਥੇ ਆ ਕੇ ਜੀ ਤੁਸੀਂ ਕੀ ਕਰਨਾ ਵੇ, ਤੁਸੀਂ ਢੂੰਡਣਾ ਵੇ ਸਪੀਡ ਆਈ ਡੀ ਪੋਸਟ ਦਾ। ਠੀਕ ਹੈ, ਸਪੀਡ ਆਈ ਡੀ ਪੋਸਟ ਦਾ ਔਰ ਥੱਲੇ ਚਲੇ ਜਾਈਏ ਜੀ, ਔਰ ਥੱਲੇ 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 ਇਹ ਆ ਗਿਆ। ਠੀਕ ਹੋ ਗਿਆ ਜੀ, ਇਹਦੇ 'ਤੇ ਤੁਸੀਂ ਕਰਨਾ ਜੇ ਕਲਿੱਕ ਸਪੀਡ ਆਈ ਡੀ ਪੋਸਟ ਦਾ, ਜਿਹੜਾ ਇਹਦੇ 'ਤੇ ਤੁਸੀਂ ਕਲਿੱਕ ਕਰਨਾ, ਕਲਿੱਕ ਕਰੋ ਅਤੇ ਇਹ ਪੇਜ ਖੋਲ੍ਹ ਜਾਵੇਗਾ। ਠੀਕ ਹੈ, ਇਸ ਪੇਜ ਦੇ ਉੱਤੇ ਤੁਸੀਂ ਅੱਗੋਂ ਸਾਰਿਆਂ ਤੋਂ ਥੱਲੇ ਜਿਹੜਾ ਨਾ ਆਪਦੇ 'ਤੇ ਉੱਥੇ ਲਿਖਿਆ ਹੋਵੇਗਾ ਰਜਿਸਟਰਾ ਕੌਨ ਪੋਸਟ 'ਤੇ। ਠੀਕ ਹੈ, ਬਗੈਰ ਪਾਸਵਰਡ ਤੋਂ, ਬਗੈਰ ਕਿਸੇ ਚੀਜ਼ ਤੋਂ। ਠੀਕ ਹੋ ਗਿਆ, ਉਸ ਤੋਂ ਬਾਅਦ ਇਹ ਪੇਜ ਖੁੱਲ੍ਹ ਜਾਵੇਗਾ। ਇੱਥੇ ਤੁਸੀਂ ਕੀ ਕਰਨਾ ਹੈ, ਇੱਥੇ, ਹਾਂਜੀ ਇੱਥੇ ਆ ਕੇ ਤੁਸੀਂ ਇਹ ਰਜਿਸਟਰਾ ਸੂਬੀ ਤੋਂ 'ਤੇ ਕਲਿੱਕ ਕਰਨਾ ਵੇ। ਇਹਦੇ 'ਤੇ ਕਲਿੱਕ ਕਰਕੇ ਤੁਹਾਡੇ ਕੋਲ ਇੱਕ ਦੂਸਰਾ ਪੇਜ ਖੁੱਲ੍ਹ ਜਾਵੇਗਾ, ਇਹ ਵਾਲਾ। ਠੀਕ ਹੋ ਗਿਆ, ਅਤੇ ਇਹਦੇ ਉੱਤੇ ਲਿਖਿਆ ਤੈਨੀ ਭੁਰਤਾ ਤਦੀ ਮਾਂ ਨੂੰ, ਇਹ ਚੀਜ਼ਾਂ ਮਤਲਬ ਕਿ ਤੁਹਾਡੇ ਹੱਥ ਵਿੱਚ ਹੋਣੀਆਂ ਚਾਹੀਦੀਆਂ ਨੇ ਲਾਜ਼ਮੀ। ਇੱਕ ਈਮੇਲ ਹੋਣੀ ਚਾਹੀਦੀ ਹੈ, ਇੱਕ ਮੋਬਾਈਲ ਨੰਬਰ ਹੋਣਾ ਚਾਹੀਦਾ, ਤੀਸਰਾ ਸਨੀਤਾਰੀਆ ਹੋਣਾ ਚਾਹੀਦਾ, ਅਤੇ ਉਸ ਤੋਂ ਬਾਅਦ ਡਾਕੂਮੈਂਟ ਕੋਈ ਵੀ ਇੱਕ ਵਾਲਿਡ ਜਿਹੜਾ ਨਾ ਉਹ ਤੁਹਾਡੇ ਕੋਲ ਲਾਜ਼ਮੀ ਮੌਜੂਦ ਹੋਣਾ ਚਾਹੀਦਾ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਐਪ 'ਤੇ ਕਲਿੱਕ ਕਰ ਦੇਣਾ ਪਰਸੇਗਵੀ। ਠੀਕ ਹੈ, ਰਿਚੇਰਕਾ, ਇਹਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਹੋਰ ਪੇਜ ਖੁੱਲ੍ਹ ਜਾਵੇਗਾ, ਉਹ ਵੇ ਇੱਕ ਮਿੰਟ ਠਹਿਰ ਜਾ, ਇਹ ਵਾਲਾ ਪੇਜ। ਠੀਕ ਹੋ ਗਿਆ ਜੀ, ਇਹ ਵਾਲਾ ਪੇਜ ਤੁਹਾਡੇ ਕੋਲ ਖੁੱਲ੍ਹ ਜਾਵੇਗਾ। ਇੱਥੇ ਤੁਸੀਂ ਕੀ ਕਰਨਾ ਵੇ, ਹਾਂਜੀ ਇੱਥੇ ਤੁਸੀਂ ਆਪਣੀ ਸਾਰੀ ਡਿਟੇਲ ਲਿਖਣੀ ਹੈ, ਆਪਣਾ ਸਾਰਾ ਜਿਹੜਾ ਵੀ ਕੋਈ ਆਇਆ ਨਾ ਸਾਰਿਆਂ ਨੂੰ ਕੰਪਿਲਾਰੇ ਕਰਨਾ ਵੇ। ਠੀਕ ਹੈ, ਆਪਣਾ ਕੰਪਿਲਾਰੇ ਕਰਕੇ ਅਤੇ ਉਸ ਤੋਂ ਬਾਅਦ ਸਾਰਿਆਂ ਤੋਂ ਥੱਲੇ ਆ ਜਾਓ, ਉੱਥੇ 'ਤੇ ਕਲਿੱਕ ਕਰੋਗੇ ਅਤੇ ਤੁਹਾਡੇ ਕੋਲ ਇਹ ਚੀਜ਼ ਆ ਜਾਵੇਗੀ। ਇਹ ਥੱਲੇ ਇੱਕ ਰਹਿ ਗਿਆ ਸੀ, ਅਤੇ ਉਸ ਤੋਂ ਬਾਅਦ
ओके ते उस तो बाद तुहाडे कोल पेज खुल जाएगा। एदे उत्ते तुसी अपना जिहड़ा वे वो एक ईमेल देनी है, एक अपना पासवर्ड देना वे, ठीक है। सारे तो उत्ते तुसी पासवर्ड देना वे अपना, कोई भी अपना पासवर्ड एक दे के, ठीक है। ते उस तो बाद थल्ले जिहड़ा वे अपनी तुसी ईमेल देनी है, ठीक हो गया। ईमेल दे के ते तुसी क्लिक करोगे ते उस तो बाद ए चीज़ आ जाएगी। इत्थे तुसी अपना लिखना में एक तुहानू मैसेज वगैरह आया होवेगा, उहदे उत्ते जिहड़ा ना पासवर्ड एक इन्हां ने भेजा होना है वह तुसी लिखना में, ठीक है। जिहड़ा बकायदा सिर्फ तुहाडे कोल होवेगा, ठीक है। ईमेल तुहाडी ते आवेगा ते वह तुसी लिखना में। इत्थे तुसी दो बारी जिहड़ा ना वो लिखनी है ईमेल कन्फर्म करके, उस तो बाद तुहाडे कोल ए पेज आवेगा, ठीक है। ਇਹ ਪੇਜ ਆਏਗਾ, ਇਹਨੂੰ ਫਿਰ ਤੁਸੀਂ, ਹਾਂਜੀ, ਇੱਥੇ ਦੁਬਾਰਾ ਫਿਰ ਤੁਸੀਂ ਉਹ ਪਾਸਵਰਡ ਵੀ ਅਤੇ ਉਹ ਈਮੇਲ ਵਗੈਰਾ ਦੁਬਾਰਾ ਰਿਪੀਟ ਕਰਨੀ ਹੈ, ਠੀਕ ਹੈ। ਉਹ ਤੁਸੀਂ ਦੁਬਾਰਾ ਲਿਖੋ ਅਤੇ ਉਸ ਤੋਂ ਬਾਅਦ ਕਮੈਂਟ ਕਰਕੇ ਕਨਫਰਮ ਕਰ ਦਿਓ ਤੁਸੀਂ, ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਏਗਾ ਇਹ ਵਾਲਾ ਪੇਜ, ਠੀਕ ਹੋ ਗਿਆ ਜੀ। ਇੱਥੇ ਤੁਸੀਂ ਆਪਣਾ ਦੋ ਵਾਰੀ ਮੋਬਾਈਲ ਨੰਬਰ ਹੈ ਜਿਹੜਾ ਉਹ ਲਿਖਣਾ ਵੇ, ਦੋ ਵਾਰੀ ਮੋਬਾਈਲ ਨੰਬਰ ਲਿਖ ਕੇ ਓਕੇ ਕਰਨਾ ਵੇ। ਉਸ ਤੋਂ ਬਾਅਦ ਓਕੇ ਠੀਕ ਹੋ ਗਿਆ ਜੀ। ਅਤੇ ਇਹ ਤੁਹਾਡੇ ਕੋਲ ਆ ਜਾਏਗਾ, ਇਹ ਉਹਨਾਂ ਨੇ ਇੱਕ ਕੋਡ ਦਿੱਤਾ ਵੇ ਕਨਫਰਮ ਕਰਨ ਵਾਸਤੇ, ਦੁਬਾਰਾ ਜਿਹੜਾ ਵੇ ਇਹ ਤੁਸੀਂ ਲਿਖਣਾ ਵੇ, ਠੀਕ ਹੈ। ਹਾਂਜੀ, ਇੱਥੇ ਤੁਸੀਂ ਉਹ ਜਿਕਨ ਉੱਤੇ ਹੈ ਵੇ ਉਹ ਗੌਰ ਨਾਲ ਵੇਖ ਕੇ ਉਹ ਥੱਲੇ ਲਿਖ ਦੇਣਾ ਵੇ, ਠੀਕ ਹੈ। ਯਾਦ ਰੱਖਿਓ ਕਿ ਗਲਤ ਨਾ ਹੋਵੇ, ਸਹੀ ਹੈ। ਅਤੇ ਉਸ ਤੋਂ ਬਾਅਦ ਓਕੇ, ਫਿਰ ਤੁਹਾਡੇ ਕੋਲ ਇਹ ਚੀਜ਼ ਆ ਜਾਏਗੀ। ਇੱਥੇ ਤੁਸੀਂ ਆਪਣਾ ਉਹ ਜਿਹੜਾ ਤੁਹਾਨੂੰ SMS ਆਇਆ ਹੋਵੇਗਾ ਇੱਕ ਮੋਬਾਈਲ 'ਤੇ, ਜਿਹੜਾ ਤੁਸੀਂ ਨੰਬਰ ਭੇਜ ਦਿੱਤਾ ਹੈ ਉਹ ਲਿਖਿਆ ਹੋਵੇਗਾ, ਠੀਕ ਹੈ। ਉਹਦੇ ਉੱਤੇ ਇੱਕ ਮੈਸੇਜ ਆਇਆ ਹੋਣਾ ਵੇ, ਉਹ ਮੈਸੇਜ ਹੈ ਜਿਹੜਾ ਉਹ ਪ੍ਰਾਈਵੇਟ ਇੱਕ ਕੋਡ ਜਿਹਾ ਸੈਂਡ ਕੀਤਾ ਨੇ ਉਹ ਲਿਖ ਕੇ, ਠੀਕ ਹੋ ਗਿਆ। ਲਿਖ ਕੇ ਕੋਡ ਅਤੇ ਆਪਣੀ ਈਮੇਲ ਵਗੈਰਾ ਵੀ ਚੈੱਕ ਕਰਨੀ ਹੈ ਨਾਲ, ਉੱਤੇ ਉਹ ਵੀ ਕਨਫਰਮ ਕਰਨੀ ਹੈ, ਠੀਕ ਹੋ ਗਿਆ। ਉਸ ਤੋਂ ਬਾਅਦ ਓਕੇ ਕਰਨਾ ਵੇ ਅਤੇ ਤੁਹਾਡੇ ਕੋਲ ਇਹ ਪੇਜ ਖੋਲ ਜਾਏਗਾ, ਸਹੀ ਹੋ ਗਿਆ। ਹਾਂਜੀ, ਇੱਥੇ ਤੁਸੀਂ ਉਹ ਕਹਿੰਦੇ ਨੇ ਕਿ ਤੁਸੀਂ ਕਿਹੜਾ ਆਪਣਾ ਡਾਕੂਮੈਂਟ ਜਿਹੜਾ ਵਾਲਿਡ ਹੋ ਸੀ ਨਾ ਉਹ ਇਸਤੇਮਾਲ ਕਰਨਾ, ਤੁਸੀਂ ਇੱਥੇ ਕਲਿੱਕ ਕਰਕੇ ਨਾ ਅਤੇ ਸਿਲੈਕਟ ਕਰ ਲਓ ਇੱਕ, ਠੀਕ ਹੈ, ਕਿਹੜਾ ਵੀ ਕੋਈ ਤੁਸੀਂ ਵਾਲਿਡ ਰੱਖੇ ਜਾਵੇ, ਸਹੀ ਹੈ। ਅਤੇ ਇੱਥੇ ਤੁਸੀਂ ਲਿਖ ਦਿਓ ਰੈਜੀਡੈਂਸੀ ਦਾ, ਠੀਕ ਹੈ। ਰੈਜੀਡੈਂਸੀ ਦਾ ਕਰੋਗੇ ਤਾਂ ਤੁਹਾਡੇ ਕੋਲ ਇਹ ਚੀਜ਼ ਆ ਜਾਏਗੀ, ਸਹੀ ਹੈ। ਇੱਥੇ ਓਕੇ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਆਪਣਾ ਜਿਹੜਾ ਨਾ ਉਹ ਕੰਪਿਲਾਰੇ ਕਰਨਾ ਵੇ, ਇਹਨੂੰ ਸਾਰੇ ਨੂੰ ਫਿਲ ਕਰਨਾ ਵੇ। ਫਿਲ ਕਰਕੇ ਭਾਈ ਇਹ ਖਤਮ ਕਦੋਂ ਹੋਣਾ ਵੇ, ਸ਼ੁਰੂ ਕਦੋਂ ਹੋਣਾ ਵੇ, ਉਹਦਾ ਨੰਬਰ ਰੈਜੀਡੈਂਸੀ ਦਾ, ਉਸ ਤੋਂ ਬਾਅਦ ਸਾਰੀ ਡਿਟੇਲ ਹੈ ਜਿਹੜੀ, ਠੀਕ ਹੈ, ਉਹ ਤੁਸੀਂ ਇੱਥੇ ਉਹ ਸਾਰੀ ਮੁਕੰਮਲ ਕੰਪਲੀਟ ਕਰਨੀ ਹੈ। ਇਹ ਹੋ ਗਿਆ, ਓਕੇ। ਉਸ ਤੋਂ ਬਾਅਦ ਇੱਥੇ ਆ ਜਾਂਦੇ ਨੇ, ਉਹ ਤੁਹਾਡੇ ਕੋਲ ਮੰਗਦੇ ਨੇ ਜੀ ਇਹ ਰੈਜੀਡੈਂਸੀ ਦੀ ਤਸਵੀਰ, ਠੀਕ ਹੈ। ਇੱਥੇ ਤੁਸੀਂ ਡਾਕੂਮੈਂਟ ਦੀ ਤਸਵੀਰ ਭੇਜਣੀ ਹੈ, ਇੱਕ ਸਾਈਡ ਜਿਹੜੀ ਇਹ ਦੋ ਲਿਖੇ ਨੇ ਦੋ, ਤੇ ਤੁਸੀਂ ਇੱਕ ਦੇ ਇੱਕ ਸਾਈਡ ਦੀ ਭੇਜਣੀ ਹੈ ਥੱਲੇ ਵਾਲੇ ਤੇ ਦੂਸਰੀ ਸਾਈਡ ਦੀ, ਠੀਕ ਹੈ। ਇਹਨਾਂ ਦੋਵਾਂ ਤੇ ਤੁਸੀਂ ਦੋਵਾਂ ਸਾਈਡਾਂ ਦੀ ਤਸਵੀਰ ਭੇਜਣੀ ਹੈ ਡਾਕੂਮੈਂਟਾਂ ਦੀ, ਸਹੀ ਹੋ ਗਿਆ। ਤੇ ਚਲੋ ਜੀ ਉਹ ਵੀ ਐਡ ਕਰ ਲਈਏ ਤਸਵੀਰ। ਓਕੇ, ਲੋ ਜੀ
ਠੀਕ ਹੈ ਜੀ, ਇਹ ਹੋ ਗਈਆਂ ਦੋਵੇਂ ਤਸਵੀਰਾਂ ਹੋ ਗਈਆਂ, ਹੁਣ ਇਹਨਾਂ ਨੂੰ ਲੋਡ ਕਰ ਦਿਓ। ਓਕੇ ਹੋ ਗਈ, ਦੂਸਰੀ ਵੀ ਲਓ ਜੀ, ਓਕੇ ਹੋ ਗਈ, ਸਹੀ ਹੈ। ਉਸ ਤੋਂ ਬਾਅਦ ਆ ਜੇ ਥੱਲੇ, ਥੱਲੇ ਆ ਜਾਂਦਾ ਵੇ, ਓਕੇ ਕਰ ਦਿਓ ਪਰਸੇਗਵੀ 'ਤੇ। ਠੀਕ ਹੋ ਗਿਆ ਜੀ, ਪਰਸੇਗਵੀ 'ਤੇ ਓਕੇ ਕੀਤਾ। ਅਤੇ ਉਸ ਤੋਂ ਬਾਅਦ ਇਹ ਚੀਜ਼ ਆ ਜਾਏਗੀ ਤੁਹਾਡੇ ਕੋਲ ਇੱਥੇ, ਉਹ ਤੁਹਾਨੂੰ ਕਹਿੰਦੇ ਨੇ ਜੀ ਪ੍ਰਾਈਵੇਸੀ ਜਿਹੜੀ ਹੈ, ਤੁਸੀਂ ਦੋਵੇਂ ਕਲਿੱਕ ਕਰ ਦਿਓ ਪ੍ਰਾਈਵੇਸੀ 'ਤੇ। ਭਾਈ ਆਪਣੀ ਕੋਈ ਪ੍ਰਾਈਵੇਟ ਆਪਣਾ ਖਾਤਾ ਸਾਰਾ ਜਿਹੜਾ ਨਾ ਉਹ ਪ੍ਰਾਈਵੇਟ ਰੱਖਣ ਵਾਸਤੇ, ਠੀਕ ਹੋ ਗਿਆ। ਉਸ ਤੋਂ ਬਾਅਦ ਇੱਥੇ ਵੀ ਕਹਿੰਦੇ ਨੇ ਜੀ ਹੋਰ ਵੀ ਪ੍ਰਾਈਵੇਟ ਵਗੈਰਾ ਸਾਰਾ ਲੈਟਰ ਬਟਰ ਤੁਸੀਂ ਨੋਨ ਕਰ ਦਿਓ। ਸਹੀ ਹੋ ਗਿਆ, ਸਾਰਾ ਨੋਨ ਕਰਕੇ ਉਸ ਤੋਂ ਬਾਅਦ ਆ ਜਾਂਦਾ ਜਨਾਬ ਇਹ ਥੱਲੇ ਵਾਲਾ ਹਿੱਸਾ। ਠੀਕ ਹੋ ਗਿਆ, ਥੱਲੇ ਵਾਲਾ ਹਿੱਸਾ ਇੱਥੇ ਇਹਨਾਂ ਨੇ ਇਹ ਲਿਖਿਆ ਵੇ ਕਿ ਜਿਹੜਾ ਤੁਹਾਨੂੰ ਈਮੇਲ 'ਤੇ ਪਾਸਵਰਡ ਇੱਕ ਭੇਜਿਆ ਗਿਆ ਵੇ, ਇੱਕ ਨਾਰਮਲ ਜਿਹੜਾ ਤੁਹਾਨੂੰ ਪਾਸਵਰਡ ਭੇਜਦੇ ਨੇ, ਮੰਨ ਲਓ ਤੁਸੀਂ ਭੁੱਲ ਜਾਂਦੇ ਹੋ, ਤੁਸੀਂ ਪੁਸਤਕ ਜਾਂਦੇ ਹੋ, ਜਾ ਕੇ ਉਹਨਾਂ ਨੂੰ ਆਖਦੇ, ਉਹ ਜਿਹੜਾ ਪਾਸਵਰਡ ਤੁਹਾਨੂੰ ਭੇਜਦੇ ਨੇ ਨਾ, ਅਰਜ਼ੀ ਹੁੰਦਾ ਵੇ, ਉਹ ਇੱਕ ਮਹੀਨੇ ਦਾ ਟਾਈਮ ਹੁੰਦਾ ਉਹਦਾ, ਇੱਕ ਮਹੀਨੇ ਦੇ ਵਿੱਚ ਉਹ ਆਪਣਾ ਪਾਸਵਰਡ ਜਿਹੜਾ ਨਾ ਉਹ ਤੁਸੀਂ ਓਕੇ ਕਰਨਾ ਹੁੰਦਾ, ਚੇਂਜ ਕਰਕੇ ਆਪਣੀ ਮਰਜ਼ੀ ਦਾ ਰੱਖਣਾ ਹੁੰਦਾ ਜਿਹੜਾ ਤੁਸੀਂ ਯਾਦ ਰੱਖ ਸਕੋ। ਠੀਕ ਹੈ, ਇੰਜ ਦਾ ਕੋਈ ਵੀ ਜਿਹੜਾ ਵੀ ਤੁਸੀਂ ਆਪਣੇ ਰੱਖ ਸਕਦੇ, ਕਿਉਂਕਿ ਪੁਸਤੇ ਵਾਲਿਆਂ ਨੇ ਤੁਹਾਨੂੰ ਸਿਰਫ ਜਿਹੜਾ ਪਾਸਵਰਡ ਦੇਣਾ ਵੇ ਉਹ ਤੁਹਾਨੂੰ ਇੱਕ ਆਰਜ਼ੀ ਪਾਸਵਰਡ ਹੋਵੇ ਤਾਂ ਉਹ ਇੱਕ ਮਹੀਨੇ ਤੋਂ ਬਾਅਦ ਖਤਮ ਹੋ ਜਾਏਗਾ। ਸਹੀ ਹੈ, ਇੱਕ ਮਹੀਨੇ ਤੋਂ ਬਾਅਦ ਉਹਦੀ ਉਹ ਜਿਹੜੀ ਹੈ ਨਾ ਡੇਟ ਸ਼ੀਟ ਉਹ ਖਤਮ ਹੋ ਜਾਏਗੀ। ਉਸ ਤੋਂ ਬਾਅਦ ਤੁਹਾਨੂੰ ਅਗਰ ਤੁਸੀਂ ਨਹੀਂ ਚੇਂਜ ਕੀਤਾ ਫਿਰ ਦੁਬਾਰਾ ਤੁਹਾਨੂੰ ਜਾਣਾ ਪਵੇਗਾ। ਠੀਕ ਹੈ, ਅਤੇ ਇੱਥੇ ਤੁਸੀਂ ਲਿਹਾਜ਼ਾ ਉਹ ਲਿਖ ਦਿਓ ਇਹ ਜਿਹੜਾ ਇਹ ਕੋਲ, ਓਕੇ, ਕਿਉਂਕਿ ਅਸੀਂ ਆਪੇ ਹੀ ਬਣਾਉਂਦੇ ਹਾਂ, ਅਸੀਂ ਉਹ ਜਿਹੜੀ ਈਮੇਲ ਦਿੱਤੀ ਉਹਦੇ 'ਤੇ ਉਹ ਸਾਨੂੰ ਆਇਆ ਵੇ, ਅਤੇ ਉਹ ਹੀ ਅਸੀਂ ਇਹਦੇ ਉੱਤੇ ਲਿਖ ਦਿੰਦੇ ਹਾਂ। ਇਹ ਹੋ ਗਿਆ, ਠੀਕ ਹੈ ਜੀ, ਇਹ ਓਕੇ। ਲਓ ਜੀ, ਤੁਹਾਡੀ ਹੁਣ ਆਈਡੀ ਸਪੀਡ ਦੀ ਬਣ ਗਈ ਹੈ, ਅਤੇ ਲਿਹਾਜ਼ਾ ਹੁਣ ਤੁਸੀਂ ਜਨਾਬ ਅਗਰ ਹੋ ਸਕੇ ਅਤੇ ਸਾਡੇ ਚੈਨਲ ਨੂੰ ਪਸੰਦ ਆਈ ਹੈ ਵੀਡੀਓ ਅਤੇ ਸਬਸਕ੍ਰਾਈਬ ਕਰ ਦਿਓ, ਠੀਕ ਹੈ, ਅਤੇ ਲਾਈਕ ਵੀ ਕਰ ਦਿਓ, ਬੈੱਲ ਆਈਕਨ ਵੀ ਵਜਾ ਦਿਓ, ਦੁਆਵਾਂ 'ਚ ਯਾਦ ਰੱਖਿਓ, ਮੈਂ ਤੁਹਾਡਾ ਅੰਸਾਰੀ ਸਾਹਿਬ। ਪਰਦੇਸ ਰਹੋਗੇ ਆਓਗੇ ਨਾ ਖਤ ਲਿਖੋਗੇ, ਮੈਂ ਗੁੱਟ ਗੁੱਟ ਕਰ ਜਾਂਦੇ ਦੂੰਗੀ, ਫਿਰ ਤੁਮ ਕਿਸ ਕੋ ਜਾਣ ਕਹੋਗੇ, ਤੂੰ ਰੋਗੇ ਜੰਗਲ ਬੇਲੇ ਵੀ ਹਰ ਬਸਤੀ ਮੇਲੇ ਮੇ ਗਾ।